ਸਾਰਿਆਂ ਦਾ ਫਿਰ ਸਵਾਗਤ ਹੈ, ਵੈਲਕਮ ਬੈਕ। ਲੈਟਸ ਸੀ ਸਾਰੇ ਕੀ ਕਹਿੰਦੇ ਮੈਂ ਇਹਨਾਂ ਨੂੰ ਪੁੱਛਦੇ ਹਾਂ ਕੀ ਕਹਿ ਰਹੇ ਨੇ। ਹੈਲੋ, ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੋਗਿੰਦਰ ਜੀ, ਦੱਸੋ ਕੀ ਕਹਿੰਦੇ ਹੋ। ਕਈ ਵਾਰੀ ਉਹ ਕੀ ਹੁੰਦਾ ਵੀ ਇਹ ਗੱਲ ਨਾ ਬੜੀ ਲੰਮੀ ਚੱਲਦੀ ਰਹਿੰਦੀ ਹੈ। ਅੱਛਾ ਜੀ। ਤੇ ਉਸ ਤੋਂ ਬਾਅਦ ਉਹ ਠੀਕ ਵੀ ਹੋ ਜਾਂਦੇ ਨੇ, ਹਟ ਵੀ ਜਾਂਦੇ ਨੇ, ਪਰ ਜ਼ਿਆਦਾਤਰ ਇੱਕ ਹਿੱਸਿਆਂ 'ਚ ਜਿਹੜਾ ਚੁੱਪ ਰਹਿਣਾ ਉਹ ਨੁਕਸਾਨਦੇਹ। ਠੀਕ ਹੈ, ਠੀਕ ਹੈ। ਸੋ ਤੁਸੀਂ ਕੀ ਸੁਜੈਸਟ ਕਰਦੇ ਹੋ, ਬਿਕੋਜ਼ ਇਸੇ ਤਰ੍ਹਾਂ ਜਿੰਦੇ ਰਹਿਣਾ ਡਿਨਾਇਲ ਇਸ ਨਾਟ। ਨਹੀਂ 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 ਨਹੀਂ, ਓਕੇ, ਮੈਂ ਨਹੀਂ ਇਹ ਕਰਦਾ। ਹਾਂਜੀ, ਮੈਂ ਕਹਿੰਦਾ ਆਪਣੇ ਆਪਣੇ ਭਰਾ ਨਾਲ ਗੱਲ ਕਰੇ, ਇੱਕ ਗੱਲ। ਓਕੇ, ਦੂਜੀ ਗੱਲ, ਕੋਈ ਬਜ਼ੁਰਗ ਹੋਵੇ, ਕੋਈ ਮਾਂ ਬਾਪ ਹੋਣ, ਕੋਈ ਹੋਰ ਰਿਸ਼ਤੇਦਾਰ ਹੋਣ, ਉਹਨਾਂ ਨਾਲ ਵੀ ਗੱਲ ਕਰੇ। ਫਿਰ ਇਕੱਠੇ ਹੋ ਕੇ ਆਪਣੇ ਹਸਬੈਂਡ ਨਾਲ ਵੀ ਗੱਲ ਕਰੇ, ਉਸ ਨਾਲ ਵੀ ਗੱਲ ਕਰੇ। ਜੇ ਐ ਚੁੱਪ ਰਹੂਗੀ ਤਾਂ ਇਹਦਾ ਉਹ ਘਰ ਅੱਜ ਵੀ ਪੱਟਿਆ ਜਾਣਾ ਤੇ ਕੱਲ ਵੀ ਪੱਟਿਆ ਜਾਣਾ, 10 ਸਾਲ ਬਾਅਦ ਵੀ ਪੱਟਿਆ ਜਾਣਾ। ਕਿਉਂਕਿ ਆਮ ਤੌਰ ਤੇ ਗੱਲਾਂ ਜੇ ਨਾ ਖੜੇ ਹੋਈਏ ਤਾਂ ਰੁਕਦੀਆਂ ਨੀ, ਰੁਕਣ ਵਾਸਤੇ ਬਿਲਕੁਲ ਕੁਛ ਉਹ ਇੰਗਲਿਸ਼ ਦੀ ਇੱਕ ਖਾਣ ਹੈ, ਦ ਸਟਿਚ ਆਫ ਟਾਈਮ ਸੇਵ ਨਾਈਨ। ਇੱਕ ਜਿਹੜਾ ਸਟਿਚ ਹੁੰਦਾ ਹੈ ਉਹ ਕਈ ਵਾਰੀ ਜੋ ਕੁਛ ਹੋਏਗਾ ਉਹ ਦੇਖੀ ਜਾਏਗੀ, ਕਿਉਂਕਿ ਹੋਏਗਾ ਤਾਂ ਉਹ ਫਿਰ ਵੀ ਜੇ ਇਹ ਨਾ ਕਰੇਗੀ ਉਹ ਫਿਰ ਵੀ ਹੋਣਾ। ਜੇ ਟੁੱਟਣੀ ਹੈ ਗੱਲ ਤਾਂ ਟੁੱਟ ਜਾਣੀ ਹੈ, ਉਹ ਰਹਿਣੀ ਨਹੀਂ ਹੈ। ਬਹੁਤ ਵਧੀਆ, ਲੈਟਸ ਸੀ ਹੋਰ ਕੀ ਕਹਿ ਰਹੇ ਨੇ, ਜ਼ਰੂਰ ਇਹ ਪੁੱਛਦੇ ਆ ਇਹਨਾਂ ਨੂੰ। ਹੈਲੋ, ਹਾਂਜੀ ਬੇਟਾ, ਸਤਿ ਸ੍ਰੀ ਅਕਾਲ, ਕੀ ਹਾਲ ਬੱਚੇ? ਹਾਂਜੀ ਆਂਟੀ ਜੀ, ਕੀ ਕਹੋਗੇ? ਹਾਂ ਮੈਂ ਕੀ ਕਵਾਂ, ਮੈਂ ਤਾਂ ਸੁਣ ਕੇ ਹੀ ਬਸ ਹੋ ਗਿਆ। ਇੱਥੇ ਨਿਊ ਜਰਸੀ ਵਿੱਚ ਵੀ ਐਵੇਂ ਹੀ ਹੋਇਆ, ਸੇਮ ਪ੍ਰੋਬਲਮ। ਅੱਛਾ ਜੀ, ਮੈਂ ਇਹ ਕਵਾਂਗੀ, ਅਸੀਂ ਉਹਨੂੰ ਵੀ ਕਿਹਾ ਸੀ, ਉਹਨਾਂ ਨੂੰ ਕਹਿਣ ਤੇ ਉਹ ਮਸਲਾ ਬਹੁਤ ਸੁਲਝਿਆ। ਅਸੀਂ ਇਹ ਭਾਈ ਸਾਹਿਬ ਕਹਿ ਗਏ, ਮੈਂ ਵੀ ਐਵੇਂ ਹੀ ਕਹਿਣ ਲੱਗੀ ਸਾਂ, ਮੈਂ ਇਹੀ ਕਵਾਂਗੀ, ਅਸੀਂ ਉਹਨਾਂ ਨੂੰ ਇਹੀ ਕਿਹਾ ਸੀ, ਸਾਡੇ ਕੋਈ ਜਾਣਕਾਰ ਸਨ। ਹਾਂਜੀ, ਇਹਨਾਂ ਨੂੰ ਚੁੱਪ ਰਹਿਣ ਚ ਫਾਇਦਾ ਨਹੀਂ ਹੈਗਾ, ਨੁਕਸਾਨ ਹੈ। ਆਪਣੇ ਬ੍ਰਦਰ ਨੂੰ ਵੀ ਦੱਸੇ, ਆਪਣੇ ਹਸਬੈਂਡ ਨੂੰ ਬਿਠਾ ਲਵੇ, ਕਹੇ ਆਪਣੀ ਰਿਸ਼ਤੇਦਾਰੀ ਕਿੰਨੀ ਕਲੋਜ਼ ਹੈ, ਆਪਣੇ ਤੋਂ ਛੋਟੀ ਹੈ, ਤੇਰੀ ਭੈਣਾਂ ਵਰਗੀ ਹਮੇਸ਼ਾ ਸਾਲੇ ਹਾਰਾ ਭੈਣਾਂ ਸਾਦੇ ਨੇ ਭਨੋਈਏ ਸਾ ਜਿਹੜੇ ਹੁੰਦੇ ਜਵਾਈ, ਤਾਂ ਤੁਸੀਂ ਇਹ ਗੱਲ ਨੂੰ ਪਿੱਛੇ ਆ ਜਾ। ਮੈਨੂੰ ਬਿਲਕੁਲ ਵਿਸ਼ਵਾਸ ਹੈ, ਮੈਂ ਵੇਖਿਆ, ਮੈਂ ਸੁਣਿਆ, ਮੈਂ ਤੈਨੂੰ ਤਾਂ ਕਿਹਾ। ਆਪਣੇ ਬ੍ਰਦਰ ਨੂੰ ਕਹੇ, ਆਪਣੀ ਵਾਈਫ ਨੂੰ ਬਿਠਾ ਲੇ, ਇਹ ਆਪਣੇ ਹਸਬੈਂਡ ਨੂੰ ਬਿਠਾਵੇ, ਤੇ ਇਹਨਾਂ ਦਾ ਮਸਲਾ ਹੱਲ ਹੋ ਜਾਏਗਾ। ਉਹ ਕੁੜੀ ਡਰਦੀ ਸੀ, ਉਹ ਕਹਿੰਦੀ ਸੀ ਮੇਰੇ ਹਸਬੈਂਡ ਨੂੰ ਮੈਂ ਕਵਾਂਗੀ ਤੇ ਨਾ ਜਾਣੀਆਂ ਸਾਡਾ ਘਰ ਉਜੜ, ਉਹ ਵੀ ਉਜੜੇਗਾ। ਅਸੀਂ ਆਖਿਆ ਤੂੰ ਇੱਕ ਵਾਰ ਬੋਲ ਕੇ ਤਾਂ ਵੇਖ, ਇੰਨੇ ਜਲੇ ਆਪਣੇ ਉਹਨੂੰ ਸ਼ਰਮ ਆ ਗਈ ਜਿਹਲੇ ਉਹਨੇ ਆਪਣੇ ਹਸਬੈਂਡ ਨੂੰ ਕਿਹਾ ਨਾ ਕਿ ਤੂੰ ਮੇਰੀ ਭਰਜਾਈ ਇਸ ਤਰ੍ਹਾਂ ਤੂੰ ਕਰਦਾ ਫਿਰਨਾ, ਤੇ ਉਹਨੂੰ ਬੜੀ ਸੰਗ ਆਈ। ਉਹ ਬੋਲਣ ਜੋਗਾ ਹੀ ਆਪਣੀ ਵਾਈਫ ਦੇ ਅੱਗੇ ਨਾ ਰਿਹਾ ਤੇ ਉਹ ਦੂਰੋਂ ਦੂਰੀ ਹੋ ਗਏ। ਹੁਣ ਉਹਨਾਂ ਦਾ ਆਪਸ ਜਾਣਾ ਹੁਣ ਕੋਈ ਨੀ, ਬਿਲਕੁਲ ਵੀ। ਉਹ ਕੁੜੀ ਜਾਂਦੀ ਆਪਣੇ ਭਰਾ ਭਰਜਾਈ ਘਰ, ਭਰਜਾਈ ਨੇ ਇੱਧਰ ਨੀ ਆਉਣਾ, ਉਹਦੇ ਹਸਬੈਂਡ ਨੇ ਉੱਧਰ ਨੀ ਜਾਣਾ, ਤੇ ਬੜਾ ਅੱਛਾ ਸੌਦਾ ਬਣਿਆ ਤੇ ਬੜੀ ਚੰਗੀ ਹੋ ਗਈ ਗੱਲ। ਤੇ ਉਹਨੂੰ ਘਰ ਵਸਦੇ ਰਹਿ ਗਏ ਨੇ, ਇਹਨੂੰ ਰੌਲਾ ਪਾਉਣਾ ਚਾਹੀਦਾ ਬਿਲਕੁਲ ਆਪਸ ਵਿੱਚ, ਲੋਕਾਂ ਨੂੰ ਨਹੀਂ। ਭਰਾ ਨਾਲ ਉਹ ਆਪਣੀ ਵਾਈਫ ਨੂੰ ਬਿਠਾਵੇ, ਇਹ ਆਪਣੇ ਹਸਬੈਂਡ ਨੂੰ ਬਿਠਾ ਲਏ, ਇਹਨਾਂ ਦਾ ਮਸਲਾ ਠੀਕ ਹੋ ਜਾਏਗਾ। ਆਂਟੀ ਜੀ ਬਹੁਤ ਵਧੀਆ, ਲੈਟਸ ਸੀ ਹੋਰ ਕੀ ਕਹਿ ਰਹੇ ਨੇ। ਹੈਲੋ, 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 ਸਤਿ ਸ਼੍ਰੀ ਅਕਾਲ। ਹਾਏ ਰਵਿੰਦ, ਸਤਿ ਸ਼੍ਰੀ ਅਕਾਲ। ਹਾਂਜੀ ਸੁਦਰਸ਼ਨ ਜੀ, ਮੈਂ ਸੁਣਿਆ ਹਾਂਜੀ ਐਸਾ ਹੈ ਕਿ ਉਸਨੂੰ ਚੁੱਪ ਨਹੀਂ ਰਹਿਣਾ ਚਾਹੀਦਾ ਬਿਲਕੁਲ। ਓਕੇ, ਕਿਉਂਕਿ ਹਸਬੈਂਡ ਉਹਦਾ ਅਗਰ ਕੁਆਇਟ ਨੇਚਰ ਦਾ ਤੇ ਉਹ ਤੇ ਬਹੁਤ ਹੀ ਖਰਾਬ ਗੱਲ ਹੁੰਦੀ ਹੈ, ਕਿ ਬਹੁਤ ਕੁਆਇਟ ਲੋਕ ਕਾਫੀ ਡੇਂਜਰਸ ਹੁੰਦੇ ਨੇ ਕਈ ਵਾਰੀ ਸਾਬਿਤ ਹੁੰਦੇ ਨੇ। ਓਕੇ, ਤੇ ਇਸ ਨੂੰ ਆਪਣੇ ਬ੍ਰਦਰ ਨਾਲ ਗੱਲ ਕਰ ਲੈਣੀ ਚਾਹੀਦੀ ਹੈ, ਬਿਲਕੁਲ ਸਾਫ਼ ਕਰਨੀ ਚਾਹੀਦੀ ਹੈ ਕਿ ਮੈਨੂੰ ਇਸ ਤਰ੍ਹਾਂ ਦੀ ਕੁਛ, ਮੇਰੇ ਕੋਲ ਪ੍ਰੂਫ ਵੀ ਹਨ, ਜਿਹੜਾ ਤੁਸੀਂ ਪਿੱਛੇ ਜ਼ਿਕਰ ਕੀਤਾ ਕਿ ਇਹਦੇ ਕੋਲ ਕੋਈ ਸਲਿੱਪ ਹੈ ਜਾਂ ਕੁਛ ਹੈ ਜਿਸ ਤੋਂ ਪਤਾ ਚੱਲਦਾ ਕਿ ਇਕੱਠੇ ਸਨ, ਉਹਨੂੰ ਦੱਸਣਾ ਚਾਹੀਦਾ ਵੀ ਮੇਰੇ ਕੋਲ ਪ੍ਰੂਫ ਵੀ ਹੈ ਔਰ ਮੈਂ ਵਾਚ ਵੀ ਕਰ ਰਹੀ ਹਾਂ ਔਰ ਇਹ ਚੀਜ਼ ਅੱਛੀ ਨਹੀਂ ਹੈ, ਤੇ ਤੂੰ ਆਪਣੀ ਬੀਵੀ ਨੂੰ ਸਮਝਾ ਲੈ, ਪਹਿਲੇ ਆਪਣੇ ਬ੍ਰਦਰ ਨਾਲ ਹੀ ਗੱਲ ਕਰੇ। ਓਕੇ, ਹਸਬੈਂਡ ਨਾਲ ਬਾਅਦ ਚ ਗੱਲ ਕਰੇ, ਪਹਿਲੇ ਆਪਣੇ ਬ੍ਰਦਰ ਨਾਲ ਗੱਲ ਕਰੇ, ਉਹ ਆਪਣੀ ਬੀਵੀ ਨੂੰ ਦੇਖ ਲਵੇ ਕਿ ਕਿੰਨਾ ਕੰਟਰੋਲ ਕਰ ਸਕਦਾ। ਠੀਕ ਹੈ, ਅਗਰ ਉਹਦੇ ਬਾਅਦ ਜੋ ਵੀ ਨਹੀਂ ਕਰਦਾ ਤੇ ਫਿਰ ਆਪਣੇ ਹਸਬੈਂਡ ਨੂੰ ਵੈਸੇ ਥੋੜਾ ਥੋੜਾ ਕਹੀ ਜਾਵੇ, ਬਿਲਕੁਲ ਐਸੀ ਗੱਲ ਨਹੀਂ ਵੀ ਮੈਨੂੰ ਮੇਰੇ ਦਿਮਾਗ ਵਿੱਚ ਇਹ ਚੀਜ਼ ਹੈ, ਇਹ ਚੀਜ਼ ਠੀਕ ਨਹੀਂ ਹੈ, ਉਹਨੂੰ ਵੈਸੇ ਕਹਿ ਦੇਵੇ। ਡਰਨ ਵਾਲੀ ਕੋਈ ਗੱਲ ਨਹੀਂ, ਤੇ ਜੇ ਟੁੱਟਣਾ ਤੇ ਟੁੱਟੇ, ਟੁੱਟਣਾ ਤੇ ਟੁੱਟਦਾ, ਅਗਰ ਕਰੈਕਟਰ ਹੀ ਐਸਾ ਹੈ ਤਾਂ ਫਿਰ ਤੇ ਕੋਈ ਟੁੱਕ ਹੀ ਨਹੀਂ ਹੈ ਰਹਿਣ ਦੀ ਬੰਦੇ ਦੇ ਨਾਲ। ਠੀਕ ਹੈ ਸੁਦਰਸ਼ਨ ਜੀ, ਬਹੁਤ ਵਧੀਆ। ਸੋ ਪਹਿਲੀ ਸਾਡੀ ਜਿਹੜੀ ਯੂ ਨੋ ਸੈਗਮੈਂਟ ਦੇ ਵਿੱਚ ਗੱਲ ਹੋ ਰਹੀ ਹੈ ਕਿ ਹਾਂ ਇਸ ਵੇਲੇ ਕੀ ਕਰਨਾ ਚਾਹੀਦਾ, ਜਿਵੇਂ ਉਹ ਡਰ ਰਹੀ ਹੈ ਕਿ ਹੁਣ ਨੈਕਸਟ ਕੀ ਹੋਏਗਾ। ਹੈਲੋ, ਹੈਲੋ ਅਰਵਿੰਦ ਜੀ, ਮੈਂ ਸੁਰਜੀਤ ਬੋਲਦੀ ਹਾਂ। ਹਾਂਜੀ ਸੁਰਜੀਤ ਜੀ, ਹਾਂਜੀ, ਸੁਝਾਅ ਤੇ ਆਪੋ ਆਪਣਾ, ਕਿਉਂਕਿ ਸਾਰਿਆਂ ਨੇ ਬਹੁਤ ਅੱਛੇ ਸੁਝਾਅ ਦਿੱਤੇ ਆ।
ਤੁਸੀਂ ਦੱਸੋ ਕੀ ਕਹਿੰਦੇ ਹੋ? ਮੇਰਾ ਸੁਝਾਅ ਇਹ ਆ ਕਿ ਜਦੋਂ ਬੰਦੇ ਨੂੰ ਪਤਾ ਲੱਗਦਾ ਨਾ ਮੇਰੀ ਗਲਤੀ ਫੜੀ ਗਈ ਆ, ਹਾਂਜੀ, ਉਹ ਜ਼ਿਆਦਾ ਤੰਗ ਕਰਦਾ, ਬੱਚਿਆਂ ਤੇ ਵੀ ਗੁੱਸਾ ਕਰਦਾ, ਜਨਾਨੀ ਤੇ ਵੀ ਗੁੱਸਾ ਕਰਦਾ, ਪਰ ਲੇਡੀ ਨੂੰ ਪਤਾ ਹੁੰਦਾ ਵੀ ਕੀ ਕਰਦਾ, ਪਰ ਜੇ ਲੇਡੀ ਸਹਿਣਸ਼ੀਲਤਾ ਕਰੇ, ਉਹਦੇ ਬੱਚੇ ਆ, ਉਹ ਬੱਚਿਆਂ ਨਾਲ ਆਪਣਾ ਟਾਈਮ ਸਪੈਂਡ ਕਰੇ, ਤੇ ਉਹ ਜਿਸ ਤਰ੍ਹਾਂ ਮਰਜ਼ੀ ਮਤਲਬ ਕੀ ਕਰਦਾ ਫਿਰੇ, ਸੋ ਇਹਦੇ ਨਾਲ ਲੜਾਈ ਘੱਟਦੀ ਆ, ਵੱਧਦੀ ਨੀ ਜੀ, ਜੋ ਮੇਰਾ ਸੁਝਾਅ ਇਹ ਆ। ਉਹਦੇ ਨਾਲ ਹੱਲ ਕੀ ਹੋਏਗਾ ਜੇ ਇਸੀ ਤਰ੍ਹਾਂ ਉਹ ਚੱਲਦਾ ਰਿਹਾ? ਨਹੀਂ ਉਹ ਚੱਲੂਗਾ ਨਹੀਂ, ਉਹਨੂੰ ਬੰਦਿਆਂ ਨੂੰ ਪਤਾ ਲੱਗ ਜਾਂਦਾ ਹੈ ਵੀ ਮੇਰੀ ਗਲਤੀ ਤੇ ਮੇਰੀ ਜਨਾਨੀ ਨੂੰ ਪਤਾ ਲੱਗ ਗਿਆ, ਕਿਉਂਕਿ ਮੂਹਰ ਤੋਂ ਪਤਾ ਲੱਗ ਜਾਂਦਾ ਹੈ, ਉਹ ਬੰਦੇ ਇੰਨੇ ਪਾਗਲ ਵੀ ਨਹੀਂ ਹੁੰਦੇ, ਉਹ ਆਪਣੇ ਆਪ ਹੀ ਸੁਧਰ ਜਾਂਦੇ। ਬਾਕੀ ਆ ਵੀ ਆਈਡੀਆ ਤੇ ਆਪੋ ਆਪਣਾ ਜਿਸ ਤਰ੍ਹਾਂ ਵੀ ਠੀਕ ਲੱਗੇ, ਪਰ ਮੇਰਾ ਆਈਡੀਆ ਤੇ ਹੋਈ ਆ। ਠੀਕ ਹੈ ਸੁਰਜੀਤ ਜੀ, ਲੈਟਸ ਸੀ ਹੋਰ ਸਾਰੇ ਕੀ ਕਹਿ ਰਹੇ ਹਨ, ਇਹਨਾਂ ਨੂੰ ਪੁੱਛਦੇ ਹਾਂ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਗਿਆਨ ਸਿੰਘ ਜੀ, ਦੱਸੋ ਕੀ ਕਹਿੰਦੇ ਹੋ? ਮੈਂ ਹੁਣ ਇਹ ਕਹਿਣਾ ਚਾਹੁੰਦਾ ਆ ਜੀ ਵੀ ਇਹ ਆਪਣੀ ਭਰਜਾਈ ਨਾਲ ਕਿਉਂ ਨੀ ਗੱਲ ਕਰਕੇ ਦੇਖਦੀ ਵੀ ਉਹ ਕੀ ਬੋਲਦੀ ਆ। ਅੱਛਾ ਜੀ, ਹਾਂ, ਉਹਨੂੰ ਕਰਕੇ ਦੇਖੇ, ਜਨਾਨੀ ਜਨਾਨੀ ਲੇਡੀ ਲੇਡੀ ਦੀ ਗੱਲ ਹੁੰਦੀ ਆ, ਉਹਨੂੰ ਲਾਣ ਤਾਂ ਪਾਵੇ, ਉਹਨੂੰ ਕਵੇ ਤੈਨੂੰ ਸ਼ਰਮ ਆਉਣੀ ਚਾਹੀਦੀ ਆ ਕਿ ਤੇਰੇ ਪਿਆਂ ਬਰਾਬਰ ਹੈ ਤੂੰ, ਛੋਟੀਆਂ ਭਰਜਾਈਆਂ ਜਿਹੜੀਆਂ ਹੁੰਦੀਆਂ ਸਾਲਿਆਰਾਂ ਉਹ ਤੂੰ ਧੀਆਂ ਬਰਾਬਰ ਹੁੰਦੀਆਂ, ਤੂੰ ਇਹ ਕਿਹੜੇ ਉਹ ਕੀ ਬੋਲਦੀ ਆ ਬਜਾਏ ਆਪਣੇ ਭਰਾ ਜਾਂ ਆਪਣੇ ਆਦਮੀ ਨਾਲ ਗੱਲ ਕਰਾਂ ਤਾਂ ਉਹ ਕੀ ਬੋਲਦੀ ਆ ਵੀ ਉਹ ਉਹਦੀ ਕੀ ਮਜਬੂਰੀ ਆ। ਹਾਂ, ਉਹ ਨਾ ਭਰਜਾਈ ਨਾਲ ਗੱਲ ਕਰੇ, ਜੇ ਉਹ ਭਰਜਾਈ ਫੇਰ ਵੀ ਨਾਮ ਕੋਈ ਇਹਨਾਂ ਸਹੀ ਗੱਲ ਕਰੇ, ਫਿਰ ਆਪਣੇ ਫਿਰ ਸਾਰੇ ਪਰਿਵਾਰ ਨੂੰ ਵੀ ਬਿਠਾ ਲਵੇ, ਪਰਿਵਾਰ ਨੂੰ ਵੀ ਬਿਠਾ ਲਵੇ, ਆਦਮੀ ਨੂੰ ਵੀ ਬਿਠਾ ਲਵੇ, ਫਿਰ ਬੇਟੀ ਵੀ ਜੋ ਹੁੰਦਾ ਹੁੰਦਾ ਰਹੇ, ਉਹ ਕੀ ਪਹਿਲਾਂ ਭਰਜਾਈ ਨੂੰ ਕਿਉਂ ਨੀ ਸਮਝਾਉਂਦੀ ਇਹ ਵੀ ਤੂੰ ਇਹ ਕਿਹੜੇ ਕੰਮ ਚ ਪਈ ਵੀ ਹੈਗੀ ਚੰਗੀ ਤਰ੍ਹਾਂ ਗੱਲ ਹੈ। ਠੀਕ ਹੈ ਗਿਆਨ ਸਿੰਘ ਜੀ, ਬਿਲਕੁਲ ਇਸੇ ਤਰ੍ਹਾਂ ਜਿਵੇਂ ਅਸੀਂ ਗੱਲ ਕਰ ਰਹੇ ਹਾਂ, ਕਾਫੀ ਡਿਫਰੈਂਟ ਡਿਫਰੈਂਟ ਸੁਜੈਸ਼ਨਸ ਪਹਿਲੇ ਹੀ ਸੈਗਮੈਂਟ ਦੇ ਵਿੱਚ ਆਉਂਦੀਆਂ, ਜਿਹੜੀਆਂ ਕਿ ਆਫਕੋਰਸ ਇਸ ਤਰ੍ਹਾਂ ਦੀ ਜਿਹੜੀ ਗੱਲ ਹੈਗੀ ਹੈ, ਯੂ ਨੋ, ਟਰੱਸਟ, ਲੋਇਲਟੀ, ਫੇਥ, ਇਹ ਜਦੋਂ ਸਾਡਾ ਕੋਈ ਵੀ ਰਿਸ਼ਤਾ ਹੈਗਾ ਜਿਹੜਾ ਪਿਆਰ ਦਾ, ਇੰਟੀਮੇਸੀ ਦਾ, ਉਹਦੇ ਵਿੱਚ ਜਦੋਂ ਵਧੀਆ ਚੱਲ ਰਿਹਾ ਹੋਏ, ਉਹ ਮੁੱਢ ਵੀ ਹੈਗੀ ਹੈ ਸਾਡੀ ਸਾਰੀ ਖੁਸ਼ੀ, ਸਾਡਾ ਜੋਏ, ਸਾਡਾ ਹੋਰ ਸਾਰੀ ਜਿਹੜਾ ਅਸੀਂ ਵਿਚਰਦੇ ਹਾਂ ਦੁਨੀਆ ਨਾਲ, ਉਹਦਾ ਮੁੱਢ ਹੈਗਾ ਕਿ ਅਸੀਂ ਉੱਥੇ ਖੁਸ਼ ਹਾਂ, ਪਰ ਜਦੋਂ ਉਹ ਥਿਰਕਿਆ ਹੋਏ ਤਾਂ ਸਾਰੀ 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 ਜ਼ਿੰਦਗੀ, ਸਾਰੀ ਡੀਲਿੰਗ ਜਿਹੜੀ ਹੈ ਉਹ ਸਕੈਟਰਡ ਹੋਈ ਹੁੰਦੀ ਹੈ, ਪਰੇਸ਼ਾਨ ਹੋਈ ਹੁੰਦੀ ਹੈ। ਸੋ ਇਸ ਕੰਡੀਸ਼ਨ ਦੇ ਵਿੱਚ ਕੀ ਤੁਹਾਡੀ ਰਾਏ ਹੈ? ਡਿਫਰੈਂਟ ਡਿਫਰੈਂਟ ਆ ਰਹੀ ਹੈ, ਸਪੈਸ਼ਲੀ ਇਹ ਕਿ ਡਿਫਰੈਂਟ ਇੰਨੀ ਵੀ ਨਹੀਂ ਸੀ ਪਹਿਲੇ ਤੱਕ, ਪਰ ਸੁਰਜੀਤ ਜੀ ਕਹਿੰਦੇ ਨੇ ਚੁੱਪ ਰਹੋ। ਸੋ ਗਿਆਨ ਸਿੰਘ ਜੀ ਕਹਿੰਦੇ ਨੇ ਕਿ ਸਿਸਟਮ ਲਾਅ ਨਾਲ ਗੱਲ ਕਰੋ ਪਹਿਲੇ, ਬਾਕੀ ਕਹਿੰਦੇ ਨੇ ਕਰਨਾ ਤਾਂ ਜ਼ਰੂਰ ਪੈਣਾ, ਇਹ ਤਾਂ ਨਹੀਂ ਹੈ ਕਿ ਨਹੀਂ ਕਰੋ, ਯੂ ਨੋ, ਕੁਛ ਤਾਂ ਜ਼ਰੂਰ ਕਰਨਾ ਪੈਣਾ ਕਿਉਂਕਿ। ਸੋ ਕੀ ਤੁਹਾਡਾ ਕੀ ਖਿਆਲ ਹੈ, ਜੋ ਪਹਿਲੇ ਵੀ ਕਾਲ ਕਰ ਚੁੱਕੇ ਹਾਂ ਉਹ ਵੀ ਦੁਬਾਰਾ ਗੱਲ ਕਰ ਸਕਦੇ ਨੇ ਕਿ ਅਸਲ ਵਿੱਚ ਮਨ ਦੇ ਵਿੱਚ ਕਿਸ ਤਰ੍ਹਾਂ ਨਾਲ ਔਰਗਨਾਈਜ਼ ਕਰੇ ਬੰਦਾ ਕਿ ਮੈਂ ਕੀ ਕਰਾਂ ਜਦੋਂ ਇੱਕਦਮ ਬਲੋ ਪੈਂਦਾ? ਇਟ ਇਜ਼ ਲਾਈਕ ਅ ਸਰਪ੍ਰਾਈਜ਼ ਐਂਡ ਬਲੋ ਵੈਨ ਯੂ ਆਰ ਸ਼ਿਓਰ। ਪਹਿਲੇ ਮਨ ਕਹਿੰਦਾ ਪਿਆ ਸੀ, ਪਰ ਮਨ ਤੋਂ, ਯੂ ਨੋ, ਇੱਕ ਤਰ੍ਹਾਂ ਨਾਲ ਡਿਨਾਇਲ ਸੀ, ਪਰ ਹੁਣ ਸ਼ਿਓਰ ਹੋ ਗਿਆ, ਅਤੇ ਫਿਰ ਕਰਨਾ ਕੀ ਹੈ? ਜ਼ਿੰਦਗੀ ਇੰਝ ਹੀ ਕੱਟੀ ਜਾਣੀ ਹੈ, ਪਰ ਜਿਸ ਤਰ੍ਹਾਂ ਸੁਰਜੀਤ ਜੀ ਨੇ ਕਿਹਾ ਕਿ ਇੰਝ ਠੀਕ ਹੋ ਜਾਂਦਾ, ਹੋ ਜਾਏਗਾ, ਕੀ ਤੁਹਾਨੂੰ ਲੱਗਦਾ ਇੰਝ ਕਿ ਇਸ ਤਰ੍ਹਾਂ ਹੋ ਸਕਦਾ ਕਿ ਇਗਨੋਰ ਕਰ ਦਿਓ ਅਤੇ ਠੀਕ ਹੋ ਜਾਏਗਾ, ਜਾਂ ਉਹ ਸੋਚਣਗੇ ਕਿ, ਯੂ ਨੋ, ਇਹ ਕਮਜ਼ੋਰ ਹੈ ਤਾਂ ਕਰਕੇ ਚੁੱਪ ਕਰਕੇ ਬੈਠੀ ਹੋਈ ਹੈ? ਕੀ ਖਿਆਲ ਹੈ ਤੁਹਾਡਾ, ਜ਼ਰੂਰ ਦੱਸੋ। ਲੈਂਦੀ ਹਾਂ ਇੱਕ ਛੋਟੀ ਜਿਹੀ ਬ੍ਰੇਕ।